नमस्कार, तुसी देख रहे हो दैनिक सवेरा टीवी। मैं रजिंदर कौर। कोरोना वायरस दे नवे रूप कारण देश विच हलचल मची हुई है। इस दौरान दिल्ली दे मुख्यमंत्री अरविंद केजरीवाल ने भी इस वेरिएंट ते चिंता प्रगटाई अते फ्लाइटां नूं तुरंत बंद करन दी अपील कीती है। उन्होंने ट्वीट किया कि कई देशों दे ओमिक्रोन प्रभावित देशों तो आउण वालियां उड़ाणां नूं रोक दिता है। असी देरी क्यों कर रहे हां? पहली लहर विच भी असी विदेशी उड़ाणां नूं रोकण विच देरी कीती सी। सब तो वध विदेशी उड़ाणां दिल्ली आउंदियां ने, दिल्ली सब तो वध प्रभावित हुंदी है। उन्हां प्रधानमंत्री नूं बेनती की कि कृपा करके फ्लाइटा तुरंत बंद कर दित्तियां जाण। पंजाब कांग्रेस के प्रधान नवजोत सिंह सिद्धू ने आज प्रेस कॉन्फ्रेंस करके श्रोमणी अकाली दल के निवेशक सम्मेलन से सवाल खड़े किए ने। उन्होंने कहा कि पंजाब विच निवेश का जो वादा किया गया सी वो पूरा नहीं होया है। इत्थे सिर्फ 46 कंपनियां ने निवेश किया है। पंजाब विच पिछले 10 साल विच बेरोजगारी बहुत वधी है, जिसका कारण श्रोमणी अकाली दल है और उसके प्रधान हुण भी झूठे शगुफ्ते छड़ रहे ने। उन्होंने कहा कि मैं तर्क के हिसाब के नाल गल करदा, मैं पंजाब मॉडल लई आया हाँ। उन्होंने कहा कि पंजाब मॉडल नाल असी आत्मविश्वास पैदा करांगे, कांग्रेस सिंगल विंडो सिस्टम लेके आवेगी। आप परसों चौथे अकाली दल के प्रधान साहब आए थे, गंदा बोलते हैं, कोई रौला नहीं। टू रोंग्स डू नॉट मेक वन राइट। मैं वो कुछ नहीं करूंगा, मैं तर्क से मारदा, क्योंकि कोई जवाब नहीं होता, इस करके वो बिलो द बेल्ट जाता। चलो ओदी मर्जी। मैं एको गल कहनी है कि वो इत्थे आके बड़े लारे लूरे भी चीज़ा कह के गया। इनवैसटमेंट समिट किया अकाली दल ने यह 2015 दे विच। ये नवे लारे है ना, शगूफे छुरलियाँ दे दना दन। 2015 दे विच इन्होंने इनवैसटमेंट समिट किया। मैं अपनी सरकार नाल तुलना करूँ, 2015 दे इनवैसटमेंट समिट दे विच 391 MOU साइन होए और इन्हें क्या 1,20,000 करोड़ स्टेट नूं आऊगा जी। ਕਿੰਨਾ? 1,20,000 ਕਰੋੜ। ਉਹ 391 ਚੋਂ ਸਿਰਫ 46 ਨੇ ਇਨਵੈਸਟ ਕੀਤਾ ਤੇ ਸਿਰਫ 6,000 ਕਰੋੜ ਰੁਪਈਆ ਆਇਆ। ਮਤਲਬ 1,14,000 ਕਰੋੜ ਰੁਪਈਆ ਆਇਆ ਹੀ ਨਹੀਂ ਹੈ। 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਭਰਮਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਹਰ ਵਾਰ ਕਿਹਾ ਜਾਂਦਾ ਹੈ ਕਿ ਖਜ਼ਾਨਾ ਖਾਲੀ ਹੈ, ਪਰ ਉਸ ਨੂੰ ਭਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਕਿਸੇ ਮਾਫੀਆ ਤੇ ਨੱਥ ਪਾਈ ਹੈ। ਕਾਂਗਰਸ ਦੇ ਆਪਣੇ ਹੀ ਵਜ਼ੀਰ ਖਜ਼ਾਨੇ ਨੂੰ ਖਾਲੀ ਕਰ ਰਹੇ ਨੇ ਤੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਖਜ਼ਾਨਾ ਭਰਾਂਗੇ ਤੇ ਨਾਲ ਹੀ ਕੇਜਰੀਵਾਲ ਵੱਲੋਂ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ। 2017 ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਖਜ਼ਾਨਾ ਭਰਾਂਗੇ, ਖਜ਼ਾਨਾ ਭਰ ਕੇ ਪੰਜਾਬ ਦੇ ਜਿੰਨੇ ਵਾਅਦੇ ਕੀਤੇ ਨੇ ਪੂਰੇ ਕਰਾਂਗੇ। ਉਦੋਂ ਕਿਹਾ ਸੀ ਕਿ ਮਾਫੀਆ ਰਾਜ ਦਾ ਖਾਤਮਾ ਹੋਊਗਾ। ਇਹ ਗੱਲ ਉਸ ਸਮੇਂ ਕੈਪਟਨ ਸਾਹਿਬ ਕਹਿੰਦੇ ਸੀ, ਕਾਂਗਰਸ ਪਾਰਟੀ ਕਹਿੰਦੀ ਸੀ, ਨਵਜੋਤ ਸਿੰਘ ਸਿੱਧੂ ਕਹਿੰਦੇ ਸੀਗੇ ਕਿ ਖਜ਼ਾਨਾ ਭਰਨ ਲਈ ਕੋਈ ਯਤਨ ਕੀਤਾ? ਇੱਕ ਵੀ ਕੋਈ ਮਾਫੀਆ ਪੰਜਾਬ 'ਚੋਂ ਖਤਮ ਕੀਤਾ? ਆ ਰੇਤ ਮਾਫੀਆ ਦਾ ਅੱਜ 5 ਰੁਪਏ ਰੇਟ ਕਹਿ ਰਹੇ ਨੇਗੇ। ਜੇ ਇਹੀ ਅਨਾਊਂਸਮੈਂਟਾਂ 2017 'ਚ ਹੋਈਆਂ ਹੁੰਦੀਆਂ, ਥੋੜ੍ਹਾ ਬਹੁਤਾ ਤਾਂ ਖਜ਼ਾਨਾ ਭਰਦਾ। ਇਹਦਾ ਮਤਲਬ ਕੀ ਆ ਕਿ ਕਾਂਗਰਸ ਪਾਰਟੀ ਨੇ ਪੂਰੇ 5 ਸਾਲ, ਪੂਰੇ 4.5 ਸਾਲ ਪੰਜਾਬ 'ਚ ਹੈਗਾ ਮਾਫੀਆ ਚਲਾਇਆ, ਚਾਹੇ ਉਹ ਰੇਤ ਦਾ ਸੀ, ਚਾਹੇ ਉਹ ਸ਼ਰਾਬ ਦਾ ਸੀ, ਚਾਹੇ ਉਹ ਲੈਂਡ ਦਾ ਸੀ, ਚਾਹੇ ਸਾਰੇ ਮਾਫੀਆ ਪੰਜਾਬ 'ਚ ਖੂਬ ਜਿਹੜੇ ਹੈਗੇ ਦੱਬ ਕੇ ਕਾਂਗਰਸ ਪਾਰਟੀ ਨੇ ਚਲਾਏ। ਹੁਣ ਇਹਨਾਂ ਗੱਲਾਂ ਤੋਂ ਸਪਸ਼ਟ ਆ ਕਿ ਅੱਜ ਇਹਨਾਂ ਨੇ ਮੁੱਖ ਮੰਤਰੀ ਬਦਲਤਾ, ਇਟ ਮੀਨਸ ਕੀ ਹੋਇਆ ਕਿ ਇਹੀ ਕਾਂਗਰਸੀ ਮੈਕਸੀਮਮ ਮਿਨਿਸਟਰ ਕੌਣ ਨੇ ਗੇ ਕਾਂਗਰਸ ਪਾਰਟੀ ਦੇ? ਹੁਣ ਚੰਨੀ ਸਾਹਿਬ ਨਾਲ ਕੌਣ ਮਿਨਿਸਟਰ ਨੇ? ਉਹੀ ਮਿਨਿਸਟਰ ਨੇ ਜਿਹੜੇ ਕੈਪਟਨ ਸਾਹਿਬ ਸੀ, ਚੰਨੀ ਸਾਹਿਬ ਖੁਦ ਕੈਪਟਨ ਸਾਹਿਬ ਦੀ ਜਿਹੜੀ ਬਾਜ਼ਾਰਾਂ ਦੇ ਵਿੱਚ ਮਿਨਿਸਟਰ ਸੀਗੇ। ਸੋ ਇਹਦਾ ਮਤਲਬ ਕੀ ਸੀ? ਸਾਰੇ ਲੋਕ ਪਹਿਲਾਂ ਮਾਫੀਆ ਚਲਾਉਂਦੇ ਰਹੇ, ਖਜ਼ਾਨੇ ਨੂੰ ਖਾਂਦੇ ਰਹੇ। ਜਦ ਤੱਕ ਤੁਸੀਂ ਜਿਹੜਾ ਖਜ਼ਾਨੇ 'ਤੇ ਬੰਦੇ ਬਿਠਾਏ ਨੇ, ਜਿਹੜੇ ਖਜ਼ਾਨੇ ਨੂੰ ਜਿਹੜਾ ਹੈ ਖਾਣ ਲੱਗ ਜਾਣ, ਤਾਂ ਖਜ਼ਾਨਾ ਕਿਵੇਂ ਭਰੂਗਾ? ਸੋ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ, ਖਜ਼ਾਨਾ ਸਭ ਤੋਂ ਪਹਿਲਾਂ ਖਜ਼ਾਨਾ ਭਰਾਂਗੇ, ਖਜ਼ਾਨਾ ਭਰ ਕੇ ਜਿਹੜੀਆਂ ਤੁਸੀਂ ਸਕੀਮਾਂ ਕਹਿ ਰਹੇ ਹੋ, ਬੜੀਆਂ ਛੋਟੀਆਂ ਸਕੀਮਾਂ ਨੇ, 100% ਲਾਗੂ ਕਰਾਂਗੇ। 100% ਤਾਂ ਲਾਗੂ ਕਰੋਗੇ, ਲੇਕਿਨ ਲੋਕਾਂ ਨੂੰ ਕਿਵੇਂ ਵਿਸ਼ਵਾਸ ਦਿਲਾਓਗੇ ਕਿ 100% ਲਾਗੂ ਹੋ? ਪੰਜਾਬ ਦੇ ਬੱਚੇ ਨੂੰ ਪਤਾ ਗਾ ਕਿ ਪੰਜਾਬ ਦੇ ਲੋਕਾਂ ਦਾ ਟੈਕਸ ਪੇਅਰ ਦਾ ਪੈਸਾ, ਇਮਾਨਦਾਰੀ ਦਾ ਪੈਸਾ ਇਹਨਾਂ ਮੰਤਰੀਆਂ ਦੇ, ਇਹਨਾਂ ਜਿਹੜੇ ਇਹਨਾਂ ਦੇ ਲੀਡਰ ਨੇਗੇ, ਉਹਨਾਂ ਦੇ ਢਿੱਡਾਂ 'ਚ ਜਾਂਦਾ ਗਾ। ਇਹਨਾਂ ਦੀ ਪ੍ਰੋਪਰਟੀ ਮੈਨੂੰ ਐਂ ਦੱਸੋ ਕਿ 5,000 ਗੁਣਾ ਵੱਧ ਗਈ, ਪੰਜਾਬ ਦੀ 5,000 ਗੁਣਾ ਘੱਟ ਗਈ, ਤਾਂ ਤੁਹਾਡੀ ਨਿੱਜੀ ਪ੍ਰੋਪਰਟੀ ਤਾਂ ਵਧੀ ਜਾ ਰਹੀ ਹੈ, ਸਰਕਾਰੀ ਖਜ਼ਾਨਾ ਖਾਲੀ ਹੋਈ ਜਾ ਰਿਹਾ। ਇੱਥੇ ਪਤਾ ਲੱਗਦਾ ਨਾ ਕਿ ਬੇਈਮਾਨ ਲੋਕ ਖਜ਼ਾਨੇ 'ਤੇ ਬੈਠੇ ਨੇ ਕਿ ਬੇਈਮਾਨ ਸਰਕਾਰ ਕੰਮ ਕਰ ਰਹੀ ਆ। ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ, ਇਮਾਨਦਾਰੀ ਦਾ ਪੰਜਾਬ 'ਚ ਕੰਮ ਕਰੂਗੀ, 100% ਵਾਅਦੇ ਲਾਗੂ ਕਰਾਂਗੇ।
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਇਸੇ ਦੇ ਵਿਚਾਲੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਵੱਲੋਂ ਵੀ ਪੰਜਾਬ ਦੇ ਦੌਰੇ ਕੀਤੇ ਜਾ ਰਹੇ ਨੇ। ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਏਅਰਪੋਰਟ ਪਹੁੰਚੇ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਦੇ ਵਪਾਰੀ ਕਾਂਗਰਸ ਦੀਆਂ ਨੀਤੀਆਂ ਤੋਂ ਨਾਰਾਜ਼ ਨੇ, ਇਸ ਲਈ ਉਹ ਵਪਾਰੀਆਂ ਦੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਆਏ ਨੇ। ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ ਦਿੱਲੀ ਵਿੱਚ ਕੰਮ ਕਰ ਰਹੀ ਹੈ, ਉਹੀ ਮਾਡਲ ਉਹ ਪੰਜਾਬ ਵਿੱਚ ਲਾਗੂ ਕਰਨਗੇ ਤਾਂ ਜੋ ਪੰਜਾਬ ਦਾ ਵਪਾਰ ਪ੍ਰਫੁੱਲਿਤ ਹੋ ਸਕੇ। व्यापारियों से बात करने आया हूं और पिछली बार कुछ शहरों में व्यापारी बंधुओं के साथ बातचीत हुई थी, उसमें समझ में आया था कि पंजाब का व्यापारी कांग्रेस से पूरी तरह से निराश है। उसकी नीतियों से, उसके काम से व्यापारियों के हित में कुछ नहीं हुआ। उद्योग को बढ़ाने के लिए, व्यापार को बढ़ाने के लिए कुछ नहीं हुआ और उसकी वजह से रोज़गार भी क्रिएट नहीं हुए। आम आदमी पार्टी की सरकार दिल्ली में जिस तरह से काम कर रही है और पिछले 5-6 साल में दिल्ली में जिस तरह की इकोनॉमिक ग्रोथ हुई है, व्यापारियों का जिस तरह से फ़ायदा पहुँचा है, वैसी नीतियाँ पंजाब में भी लागू की जाएंगी रेड राज खत्म करके। और व्यापारियों ने फिर से कुछ सभाओं के लिए मुझे आज बुलाया है। लगातार ट्विटर वार चल रही है प्रगति सिंह के बीच में, उसके बारे में क्या? अच्छी बात है, देश का चुनाव नौकरियों पे, शिक्षा पे, स्वास्थ्य पे, इन मुद्दों पे होना चाहिए और मैं इंतज़ार कर रहा हूँ कि पंजाब के शिक्षा मंत्री जी बताएंगे कि कम से कम 250 स्कूल तो बताएंगे, वो 250 स्कूलों की एक बार लिस्ट जारी करें, उसके बाद में दोनों मंत्री दोनों स्कूलों का, दिल्ली के स्कूलों का और पंजाब के स्कूलों का दौरा करें और फिर देखें कि इसका मॉडल ज़्यादा अच्छा है। वो कह रहे हैं कि आप एक म्यूनिसिपैलिटी चला रहे हैं, हम एक स्टेट चला रहे हैं, प्रगति सिंह का कहना है? ठीक बात है, तो अगर उनको म्यूनिसिपैलिटी चलानी है तो फिर म्यूनिसिपैलिटी चलाएं ना। अगर उनके पास ये योग्यता नहीं है कांग्रेस के पास कि वो एक प्रदेश की सरकार चला सकें, तो वो प्रदेश की सरकार छोड़ दें। जिसको प्रदेश की सरकार चलानी आती है वो चला लेगा। आपके मनीष जी, आपके हिसाब से पंजाब में शिक्षा का स्तर कैसे है? आप व्यापारियों से मिल रहे हैं, पंजाब के लोगों से मिल रहे हैं? पंजाब सरकार ने पिछले दिनों में, कांग्रेस सरकार ने स्कूलों को बर्बाद करने में कोई कसर नहीं छोड़ी। इतना करप्शन वहाँ पर रहा है और बच्चों के भविष्य के साथ खिलवाड़ किया है। संसद विच 3 खेती कानून वापस लैण दा बिल पास कर दिता गया है, जिस तों बाद पूरे देश विच इस फैसले दा स्वागत किया गया। हुण किसानां दी अगलियां कुछ मंगां ने जिन्हां ते फैसला आउणा बाकी है। इन्हां विच सब तों पहली मंग MSP ते गरंटी दी है, जिस नूं लै के भाजपा दे नेता तरुण चुग ने बयान दिंदे होए कहा कि प्रधानमंत्री ने 3 खेती कानून वापस लै लए ने, हुण किसानां नूं उहनां ते भरोसा रखना चाहीदा है। प्रधानमंत्री हमेशा कहिंदे रहे ने कि MSP हमेशा रहेगी, पर हुण कुछ सियासी लाहे दे लई किसानां नूं ਕੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਦਵੇ ਔਰ ਉਸ ਤੋਂ ਬਾਅਦ ਹੀ ਅਸੀਂ ਉੱਠਾਂਗੇ। ਐਸਾ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਵੱਡਾ ਦਿਲ ਦਿਖਾਇਆ, 3 ਬਿੱਲ ਵਾਪਸ ਲਿੱਤੇ, ਗੁਰਪੁਰਬ ਵਾਲੇ ਦਿਨ ਲਿੱਤੇ, ਵਾਅਦਾ ਕੀਤਾ ਸੀ ਪਹਿਲੇ ਦਿਨ ਹੀ ਵਾਪਸ ਲਿੱਤੇ। ਵਿਸ਼ਵਾਸ ਰੱਖਣਾ ਚਾਹੀਦਾ ਔਰ MSP ਤੁਹਾਡੀ ਔਰ ਮੇਰੀ ਉਮਰ 60 ਦੇ ਦਸ਼ਕ ਤੋਂ MSP ਚੱਲਦੀ ਆ ਰਹੀ, 60 ਦੇ ਦਸ਼ਕ ਤੋਂ ਲੈ ਕੇ ਅੱਜ ਤੱਕ MSP ਗਈ ਔਰ ਅੱਗੇ ਰਹੇਗੀ। ਇਹਦੇ ਬਾਰੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਖੁਦ ਸਦਨ ਦੇ ਅੰਦਰ ਖੜੇ ਹੋ ਕੇ ਕਿਹਾ ਕਿ MSP ਥੀ ਹੈ ਵੈ ਰਹੇਗੀ, ਕਿਉਂਕਿ ਕੁਛ ਲੋਕ ਉਲਝਾਉਣਾ ਚਾਹ ਰਹੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਉਲਝਾਓ ਨਾ, ਸੁਲਝਾਓ। ਹੁਣ ਦੇਸ਼ ਦੇ ਬੇਟਿਆਂ ਦਾ ਕੰਮ ਖੇਤਾਂ 'ਚ ਜਾ ਕੇ ਕਿਸਾਨੀ ਕਰਨਾ, ਖੇਤੀ ਕਰਨਾ, ਉਹਨਾਂ ਨੂੰ ਉਲਝਾਓ ਨਾ। ਦੇਸ਼ ਦੀ ਤਰੱਕੀ 'ਚ ਰਲ ਕੇ ਚੱਲੀਏ, ਅੱਗੇ ਵਧੀਏ ਔਰ ਦੇਸ਼ ਨੂੰ ਅੱਗੇ। ਉੱਥੇ ਤਰੁਣ ਚੁੱਗ ਨੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਵਾਇਰਲ ਹੋਈ ਵੀਡੀਓ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੁਖਦਾਇਕ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦੋਸਤ ਨਵਜੋਤ ਸਿੰਘ ਸਿੱਧੂ ਹੁਣ ਕਿਉਂ ਚੁੱਪ ਨੇ? ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਯਾਰੀ ਨੇ ਸ਼ਹੀਦ ਨਾ ਕਰ ਦਿੱਤਾ ਜਾਵੇ। ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ, ਹਿੰਦੂਆਂ, ਈਸਾਈਆਂ, ਜੈਨੀਆਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ। ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਵਿੱਚ ਦਖਲ ਦੇਣਾ ਚਾਹੀਦਾ ਹੈ। ਤਰੁਣ ਚੁੱਗ ਨੇ ਅੱਗੇ ਕਿਹਾ ਕਿ ਇਸ ਵਿੱਚ ਸ਼ਾਮਿਲ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਅੱਗੇ ਕਿਹਾ ਕਿ ਹਰ ਛੋਟੀ ਮੋਟੀ ਗੱਲ ਤੇ ਬੋਲਣ ਵਾਲੇ ਕਾਂਗਰਸ ਅਤੇ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਇਸ ਤੇ ਚੁੱਪ ਕਿਉਂ ਨੇ? ਵੀ ਹੋਈ ਹੈ, ਕਿਵੇਂ ਦੇਖਦੇ ਹੋ ਇਸ ਮਾਮਲੇ? ਐਸਾ ਕਿ ਬੜੀ ਦੁਖਦ ਹੈ ਔਰ ਮਨ ਨੂੰ ਝੰਝੋਰਨ ਵਾਲੀ ਹੈ। ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਕਠੋਰ ਸਜ਼ਾ ਮਿਲਣੀ ਚਾਹੀਦੀ ਹੈ ਔਰ ਪਾਕਿਸਤਾਨ ਸਰਕਾਰ ਹਜੇ ਤੱਕ ਚੁੱਪ ਹੈ, ਕੋਈ ਕਾਰਵਾਈ ਨਹੀਂ ਹੋਈ, ਕੋਈ ਫੜੇ ਨਹੀਂ ਗਏ, ਉਹਨਾਂ 'ਤੇ ਕਠੋਰ ਕਾਰਵਾਈ ਵੀ ਹੋਣੀ ਚਾਹੀਦੀ ਹੈ। ਔਰ ਮੇਰੀ ਬੇਨਤੀ ਹੈ,
इमरान खान साहब दे पाकिस्तान दे बहुत खास पंजाब दे साडे पीपीसी प्रेसिडेंट नवजोत सिंह सिद्धू जी अगे कि सिद्धू साहब ये तुहाडे यार इमरान खान दे पाकिस्तान च हो रहा और कार्रवाई कोई नहीं हो रही उन्हां दी शह नाल हो रहा कभी गुरद्वारे दे अंदर जाके बाहर हो रहे प्रदर्शन होंदे है भारत सरकार नूं हस्तक्षेप करना परिवारां दी बच्चियां नूं खराब करन दी कोशिश होंदी सरकार नूं हस्तक्षेप करना पैंदा भारत सरकार मोदी साहब नूं हस्तक्षेप करना हुण एड्डी वड्डी घटना हो गई दो वर्ड निंदा दे सिद्धू साहब दे मूँह चों निकले सिद्धू साहब जराना पाल लीए पालो लेकिन देश दी एकता अखंडता उत्थे रहने वाले भाईचारे की एकता अखंडता दाते ना लाइए उत्थे रहने वाले हर अल्पसंख्यक की रक्षा वास्ते सीए कानून असी लिया मेरी कठोर निंदा करना इस घटना की और निंदा करना और वो लोग जड़े इस शामिल ने उन्हां ते कठोर कार्रवाई होनी चाहिए है और उत्थे बैठे हिंदू सिख भाईचारे के जड़े लोग ने उन्हां दी सुरक्षा होनी चाहिए है उन्हां नूं उन्हां दीआं जिहड़ीआं उत्थे प्रॉपर्टीज़ ने उन्हां दे परिवार ने साडे गुरद्वारे ने मंदिर ने उन्हां दी भी सुरक्षा होनी चाहिए विदेश मंत्रालय नाल भी गलबात कर रहे इस मामले नूं लैके हाँ बिल्कुल मैं इस विषय नूं लैके भारत सरकार दे विदेश मंत्रालय दे ध्यान च भी लिआंदा उन्होंने भी तगड़ा हुंगारा भरिया वह भी गल सरकारी लैवल ते करनगे लेकिन मैं दुख है कि हर छोटी जी गल ते बोलने वाली कांग्रेस हर छोटी जी गल ते रिएक्ट करने वाले इमरान खान साहब के दोस्त नवजोत सिंह सिद्धू कांग्रेस चुप क्यों है अकाली दल चुप क्यों किसान सद रुत सैशन दौरान खेती कानूनों नूं रद्द करन दे लई बिल लोक सभा ते राज सभा दे विच पास कर दिता गया है ते इस नूं लै के जिथे एक पासे किसानां च खुशी दी लहर है तां उथे ही कई सियासी पार्टियां वल्लों भी खुशी प्रगटाई जा रही है जिस नूं लै के अकाली दल दे सीनियर नेता बलविंदर सिंह पूंदर ने कहा कि यह जित किसानी मोर्चे ते किसानां दी तपस्या दा फल है इस दे नाल ही उन्हां ने कहा कि सैशन च किसानां दे होर मुद्दे जिवें MSP शहीद होए किसानां दे परिवारां नूं मुआवजा देना अते इन्हां बारे भी विचार करना चाहिए ताकि किसानों नूं कुछ क्लियर हो सकता है। किसान दी वापसी स्वागत योग है इस संयुक्त किसान मोर्चे की किसान की तपस्या की जित है किसानी की हिंदुस्तान की जित है पर उस ते चर्चा होनी चाहिए सी ता कि इहदे नाल बिल वापसी दे नाल जो किसानों के बड़े इशू है जिहड़ी प्राइस का इशू है MSP का ਜਾਂ ਇਹਦੇ ਨਾਲ ਜੋ ਕੇਸ ਬਣੇ ਉਹ ਇਸ਼ੂ ਹੈ ਲਖੀਰ ਖੀਰੀ ਕਾਂਡ ਦਾ ਇਸ਼ੂ ਹੈ ਔਰ ਪਰਚੇ ਜਿਹੜੇ ਦਰਜ ਹੈ ਉਹ ਇਸ਼ੂ ਹੈ ਇਹ 700 ਸ਼ਹੀਦੀਆਂ ਦਾ ਇਸ਼ੂ ਹੈ ਇਹ ਸਾਰੇ ਇਸ਼ੂ 'ਤੇ ਚਰਚਾ ਹੋ ਕੇ ਉਹਨੂੰ ਹਾਊਸ ਦੇ ਵਿੱਚ ਉਹ 'ਤੇ ਕਲੈਰਿਟੀ ਹੋਣੀ ਚਾਹੀਦੀ ਸੀ ਕਿ ਕੀ ਕਰਨਾ ਸਰਕਾਰ ਨੇ ਤਾਂ ਕਿ ਕਿਸਾਨ ਸਾਰੀ ਚੀਜ਼ ਸਮਝਣ ਤੋਂ ਬਾਅਦ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਚਲੇ ਜਾਂਦੇ ਇਸ ਕਰਕੇ ਬਿੱਲਾਂ ਦਾ ਵਾਪਸੀ ਤਾਂ ਸਵਾਗਤ ਯੋਗ ਹੈ ਪਰ ਜੋ ਚਰਚਾ ਨਹੀਂ ਹੋਈ ਅਫਸੋਸ ਨਾਲ ਗੱਲ SP ਕੀ ਤਾਂ ਮੇਜਰ ਮੰਗ ਹੈ ਜੇ ਅੜੇ ਨਹੀਂ ਹੋਏ ਜੇ ਤਾਂ ਅਗਰ MSP ਨਹੀਂ ਮਿਲੇਗੀ ਫਿਰ ਤਾਂ ਕੋਈ ਕਾਨੂੰਨ ਵਾਪਸੀ ਠੀਕ ਹੈ ਬਹੁਤ ਅੱਛੀ ਗੱਲ ਹੈ ਪਰ ਜੇ ਕਿਸਾਨ ਨੂੰ ਉਹਦੀ ਕੀਮਤ ਨਾ ਮਿਲੀ ਇਹ ਵੀ ਉਸ ਤੋਂ ਬਹੁਤ ਬੁਰੀ ਗੱਲ ਹੋ ਜਾਏਗੀ ਅੱਜ ਕਿਸਾਨ ਕਿਉਂ ਖੁਦਕੁਸ਼ੀਆਂ ਕਰ ਰਿਹਾ ਉਹਦਾ ਕਾਰਨ ਇਹੀ ਹੈ ਕਿ ਉਹਨੂੰ MSP ਸਹੀ ਨਹੀਂ ਮਿਲ ਰਹੀ ਉਹ ਜੋ ਫਸਲ ਪੈਦਾ ਕਰਦਾ ਉਹਦਾ ਸਹੀ ਮੁੱਲ ਨਹੀਂ ਵਿਕਦਾ ਜੇ ਉਸ ਦੀ ਫਸਲ ਦਾ ਮੁੱਲ ਉਸ ਨੂੰ 5 ਰੁਪਏ ਕਿਲੋ ਮਿਲਦਾ ਤਾਂ ਮੰਡੀ 'ਚ ਆ ਕੇ ਉਹ 100 ਰੁਪਏ ਕਿਲੋ ਵਿਕਦੀ ਹੈ ਅਤੇ ਮੰਡੀ ਜਿਹੜਾ ਟ੍ਰੇਡਰ ਹੈ ਉਹ ਖਾ ਜਾਂਦਾ ਰਸਤੇ 'ਚੋਂ ਲੁੱਟਿਆ ਜਾਂਦਾ ਲੈ ਖਾਣ ਵਾਲਾ ਵੀ ਲੁੱਟਿਆ ਜਾਂਦਾ ਪੈਦਾ ਕਰਨ ਵਾਲਾ ਵੀ ਲੁੱਟਿਆ ਜਾਂਦਾ ਉਹਨੂੰ ਰੋਕਣ ਵਾਸਤੇ ਤਾਂ ਅਸੀਂ MSP ਕਹਿੰਦੇ ਹਾਂ ਅਤੇ ਉਹਦੀ ਗਰੰਟੀ ਕਹਿੰਦੇ ਹਾਂ ਤਾਂ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ TV ਦੇ ਨਾਲ ਤੇ ਜਾਂਦੇ ਜਾਂਦੇ ਇੱਕ ਨਜ਼ਰ ਪਾ ਲੈਣੇ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਦੇਸ਼ ਵਿੱਚ ਹਲਚਲ ਤੇਜ਼ ਕੇਜਰੀਵਾਲ ਨੇ ਵੀ ਜਤਾਈ ਚਿੰਤਾ ਟਵੀਟ ਕਰਕੇ ਕਿਹਾ ਕਿ ਓਮੀਕਰੋਨ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਜਾਂ ਉਡਾਣਾਂ ਤੇ ਲਗਾਈ ਜਾਵੇ ਰੋਕ ਨਵਜੋਤ ਸਿੱਧੂ ਦੇ ਪ੍ਰੈਸ ਕਾਨਫਰੰਸ ਕਰ ਅਕਾਲੀ ਦਲ ਦੇ ਨਿਵੇਸ਼ਕ ਸੰਮੇਲਨ ਤੇ ਚੁੱਕੇ ਸਵਾਲ ਕਿਹਾ ਪਿਛਲੇ 10 ਸਾਲਾਂ ਵਿੱਚ ਵਧੀ ਬੇਰੁਜ਼ਗਾਰੀ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ आम आदमी पार्टी के नेता हरपाल चीमा ने कांग्रेस से कसिया तंज कहा 2022 साड़ी सरकार आने पर भरांगे खाली खजाना
अलीशा बेगम एक औरत का दुख एक औरत ही समझ सकती है। रूहानी और काली शक्तियां दी मालकन दुनिया का सब तो चमत्कारी इल्म मेरे को है। मेरे कीते नू कोई कट नहीं सकता। काला इल्म करना आते तोड़ना हर एक दे बस दी गल नहीं। परेशानी जिवें लव मैरिज पति पत्नी च झगड़ा सौतन दुश्मन तो छुटकारा तलाक केस बुरे सपने विदेश यात्रा बुरी संगत जां नशा छुड़ाना बीमारी च दवा ना लगना वशीकरण एक सच्चाई है। वशीकरण करवाओ मन चाह प्यार पाओ। की तुहाडी किस्मत च लॉटरी दा योग है जां नहीं सच्चाई जानो। लॉटरी नंबर पाओ भावें 649 होवे जां लोटोमैक्स 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी कहने तो बाहर है तुरंत संपर्क करो तो हड्डी हर गल गुप्त रखी जाएगी। अलीशा बेगम वर्ल्ड फेमस बाबा सलीम खान 21 बार गोल्ड मेडलिस्ट सारियां थामा तो निराश होते मायूस होने वाले एक बार फोन जरूर करो जिवें चाहोगे ओवें होएगा। इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल। वशीकरण ते मुठकरनी लव मैरिज सौतन ते दुश्मन तो छुटकारा पक्का काम पक्का हल 101% गारंटी। अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनपन जा दुटोना मनमोहनी वशीकरण करवाओ जा तोड़वाओ रुसे नू मनाओ। हुणे कॉल करो बाबा सलीम खान 9819-37467। मेरे बापू ते मेरी मां ने सारी उम्र अपने आप नूं भुल के मैनू मेरी जिंदगी विच पौड़ी पौड़ी चढ़ना सिखाया। मेरी हर मुश्किल नूं हर कीमत ते हल कीता है उन्हां ने। मैं उन्हां दा देना सारी जिंदगी नहीं भुल सकता जिवें उह श्रोमणी अकाली दल नूं नहीं भुल सकते। श्रोमणी अकाली दल शुरू तों ही उन्हां दी ते सारे पंजाबियों की मां पार्टी रही है। कदे उह बुरे लगते ने ते कदे चंगे पर माँ बाप कभी बदले नहीं जाते।